ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਫੁਲ ਤੇ ਸਾਰੇ ਠੀਕ ਠਾਕ ਹੋ ਸਵਾਗਤ ਹੈ ਮੇਰੇ ਚੈਨਲ ਤੇ ਰੂਬੀ ਵੀਰੇ ਕੀ ਹਾਲ ਆ ਵਧੀਆ ਜੀ ਵਧੀਆ ਤਿਆਰੀਆਂ ਵਿਆਹ ਦੀਆਂ ਪੂਰੀਆਂ ਪੂਰੀਆਂ ਤੇ ਆਪਾਂ ਅੱਜ ਚੱਲੇ ਅੱਜ ਮੇਕਅਪ ਕਰਨ ਆਪਣੀਆਂ ਭੈਣਾਂ ਦਾ ਹੀ ਮੇਕਅਪ ਕਰਨ ਚੱਲੇ ਆ ਆ ਜਾ ਆ ਜਾ ਮਾਮੀ ਕੋਕੋ ਪੈਂਟਸ ਤੇ ਓਏ ਓਏ ਸਾਡੇ ਲਈ ਤੇ ਅੱਜ ਸਪੈਸ਼ਲ ਗੱਡੀ ਆਈ ਆ ਅਸੀਂ ਚੱਲੇ ਆ ਰਮਨ ਦੀ ਦਾ ਤੇ ਮਨੂ ਦੀ ਦਾ ਮੇਕਅਪ ਕਰਨ ਕਿਉਂਕਿ ਤੁਹਾਨੂੰ ਪਤਾ ਆਪਣਾ ਹੁਣ ਘਰ ਦਾ ਸਲੋਨ ਆ ਤੇ ਹੁਣ ਮੇਕਅਪ ਆਰਟਿਸਟ ਅਸੀਂ ਆ ਤੇ ਅਸੀਂ ਕਰਨਾ ਉਹਨਾਂ ਦਾ ਮੇਕਅਪ ਤੇ ਚੱਲੇ ਹੁਣ ਮੇਕਅਪ ਕਰਨ ਤੇ ਅੱਜ ਚੈਨਲ ਤੇ ਬਣੇ ਰਹੋ ਚੈਨਲ ਸਬਸਕ੍ਰਾਈਬ ਕਰਿਓ ਕਿਉਂਕਿ ਵਿਆਹ ਸਾਨੂੰ ਬਹੁਤ ਜ਼ਿਆਦਾ ਹੈ ਵਿਆਹ ਤੇ ਵਿਆਹ ਲਈ ਆਪ ਵੀ ਤਿਆਰ ਹੋਣਾ ਵਾ ਰੂਬੀ ਨੇ ਹਥਿਆਰ ਵੀ ਰੱਖਿਆ ਹੁੰਦਾ ਇਹ ਜਾ ਕੇ ਸਾਰਾ ਵਲੌਗ ਮੇਰੀ ਭੈਣ ਦੇ ਚੈਨਲ ਤੇ ਮਿਲੂਗਾ ਤੇ ਉਹ ਮੇਰੀ ਤੇਜੋ ਭਾਈ ਤੇਜੋ ਗੁੱਗੂ ਚੱਲਿਆ ਵਿਆਹ ਤੇ ਚੱਲਿਆ ਟਾਵਲ ਦੇ ਦਿਓ ਤੇ ਚਲੋ ਹੁਣ ਆਪਾਂ ਜਲਦੀ ਮੰਮੀ ਸਤਿ ਸ਼੍ਰੀ ਅਕਾਲ ਆ ਜਾ ਭੈਣੇ ਆ ਜਾ ਛੇਤੀ ਆ ਜਾ ਚੱਲ ਦੀਦੀ ਹੈਲੋ ਠੀਕ ਆ ਬਾਏ ਹੁਣ ਤੈਨੂੰ ਤਿਆਰ ਕਰਨ ਲੱਗੇ ਸਾਰਾ ਵਲੌਗ ਮੇਰੇ ਚੈਨਲ ਤੇ ਆਊਗਾ ਉਹ ਤੇ ਆਊਗਾ ਕੱਟ ਕਰਨ ਲੱਗੀ ਹੁਣ ਹੁਣ ਦੀਦੀ ਕੱਟ ਕਰਨ ਲੱਗੀ ਆ ਤੇ ਇਹ ਫਾਈਨਲੀ ਤੁਸੀਂ ਕਹਿੰਦੇ ਸੀ ਇਹ ਦੋਵੇਂ ਮਿਲਦੀਆਂ ਨੀ ਤੇ ਅਸੀਂ ਦੋਵੇਂ ਮਿਲ ਗਈਆਂ ਨੇ ਦੀਦੀ ਕਹਿੰਦੇ ਮਿਲ ਗਈਆਂ ਨਾ ਮਿਲ ਗਈਆਂ ਜੀ ਤੇ ਚਲੋ ਠੀਕ ਆ ਹੁਣ ਛੇ ਛੇਤੀ ਆਪਾਂ ਮੇਕਅਪ ਸਟਾਰਟ ਕਰੀਏ ਚਲੋ ਮਾਚੀ ਕਿੱਥੇ ਮਾਚੀ ਗੁਗਲੂ ਇਹਦੀਆਂ ਨਾ ਸੌਕਸ ਆ ਨਹੀਂ ਲੱਭਣ ਦੀਆਂ ਕਰੀਮ ਕਲਰ ਦੀਆਂ ਉੱਥੇ ਕਿਸੇ ਲਫਾਫੇ ਚ ਹੈਗੀਆਂ ਕਰੀਮੀਆਂ ਪੈਣੀਆਂ ਇੱਧਰ ਮੈਂ ਮੇਕਅਪ ਦੀਦਾ ਕਰਤਾ ਦੀਦੀ ਵਿਖਾਓ ਕਿੱਦਾਂ ਲੱਗਣ ਡਿਆ ਆਈਜ਼ ਬੰਦ ਕਰਿਓ ਆਈ ਹਾਂ ਆਈਏ ਲੋਕ ਰਮਨ ਦੀਦੀ ਵਿਖਾਉਂਦੇ ਆ ਮੇਕਅਪ ਆਪਾਂ ਕਰ ਦਿੱਤਾ ਆ ਜਿਹੜਾ ਲਾਭ ਉਹ ਲੈ ਕੇ ਆਈ ਸੀ ਮੱਛੀ ਜਿੱਦਣ ਵੇਖਣ ਗਏ ਸੀ ਪਤਾ ਨਹੀਂ ਲੱਗਦਾ ਵਿਆਹ ਚੱਲੇ ਆ ਇੰਨਾ ਗੰਦਾ ਕੀਤਾ ਹਮ ਤੇਜੋ ਦੇ ਦੇ ਆ ਜਾ ਆ ਜਾ ਕੱਪੜੇ ਤੇ ਤੇ ਸੌਖੇ ਹੀ ਆ ਤੇ ਚੱਲ ਮੈਂ ਰੋਈ ਨਾ ਮੈਂ ਲੱਗ ਗਈ ਆ ਇੱਧਰ ਇੱਕ ਵੇਖ ਕਿੰਨੇ ਸੋਹਣੇ ਕੱਪੜੇ ਪਾਏ ਆ ਦੀਪ ਤੇਜੋ ਨੇ ਤੇਜੋ ਚਾ ਕਿਉਂ ਰੰਨੀ ਮੇਰੀ ਗੁਗਲੀ ਹੈ ਹੁਣ ਇਹ ਸਟਾਈਲ ਲਵ ਕੁੜੀ ਦਾ ਇਹ ਸਟਾਈਲ ਕਰ ਸੋਹਣਾ ਜਿਹਾ ਇਹ ਸਟਾਈਲ ਕਰ ਕੁੜੀ ਦਾ ਪਾ ਲਵੇ ਵੇਖ ਕੁੜੀ ਦੀ ਡਰੈਸ ਵਿਖਾਈ ਆਪਣੀ ਓ ਬਿਊਟੀਫੁਲ ਓ ਸੋ ਬਿਊਟੀਫੁਲ ਓ ਸਗੋ ਪੁੱਤ ਮਾਸੀ ਤੇਰੀ ਰੀਸਾ ਲਾਉਂਦੀ ਹੋ ਬਾਸੀ ਤੇਰੀ ਰੀਸਾ ਲਾਉਂਦੀ ਹੋ ਹਾਂਜੀ ਮੈਂ ਇਹ ਸਟਾਈਲ ਨਹੀਂ ਕਰਕੇ ਦੇਣਾ ਫਿਰ ਕਰਾਉਣਾ ਨਾ ਇਹ ਸਟਾਈਲ ਤਾਂ ਲੱਗਦਾ ਕਰ ਦਿੰਦੀ ਹਾਂ ਤਾਂ ਖਰਾਬ ਜਾ ਲੱਗਦਾ ਅੱਛਾ ਚਲ ਕੋਈ ਨਹੀਂ ਕਰ ਦਿੰਦੀ ਅੰਦਰ ਕਵਰ ਕਰ ਮਨ ਦਾ ਇਹ ਸਟਾਈਲ ਸਾਰਾ ਕੀ ਕਹਿੰਦੀ ਮਾਚੀ ਕਹਿੰਦੀ ਮੈਂ ਤੇਰਾ ਇਹ ਸਟਾਈਲ ਹੀ ਕਰਨਾ ਕਰਨਾ ਆਪਣੇ ਪੁੱਤਰਾ ਇਹ ਸਟਾਈਲ ਓਏ ਕਰੀ ਆਈ ਕੀ ਬਲਾ ਲੋ ਗੋਲੂ ਜੀ ਗੋਲੂ ਜੀ ਗੋਲੂ ਆਈ ਗੁਗਲੂ ਦੀ ਤਿਆਰ ਹੋ ਗਿਆ ਵੇਖੋ ਅੱਜ ਮਚੇਜੋ ਤਿਆਰ ਹੋ ਗਈ ਸੋਹਣੀ ਸੋਹਣੀ ਸੋਹਣਾ ਪੋਤਾ ਤੇਜ ਇਹ ਕਿਹੜਾ ਤਰੀਕਾ ਪੈਣ ਦਾ ਤੇਜੋ ਦੀਦੀ ਦੀ ਲੁੱਕ ਤਿਆਰ ਹੋ ਗਈ ਆ ਆ ਜਾਓ ਭਾਜੀ ਤੀ ਵੀ ਆ ਜਾਓ ਜਲਦੀ ਕਰੋ ਮੈਂ ਤੇ ਪ੍ਰਭ ਤਿਆਰ ਹੋ ਗਈ ਆ ਭਾਜੀ ਕਿੱਦਾਂ ਲੱਗਾ ਮੇਕਅਪ ਬਹੁਤ ਵਧੀਆ ਲੱਗਾ ਅਬਦੁਰ ਵੀ ਸਾਡਾ ਹੁੰਦਿਆ ਮੈਂ ਤੇ ਪ੍ਰਭ ਤਿਆਰ ਹੋ ਗਈ ਮੈਚਿੰਗ ਕਰ ਲਈ ਆ ਤੇ ਲਵ ਨੇ ਤੇ ਜਸ਼ਨ ਨੇ ਤਿਆਰ ਕੀਤਾ ਬੜਾ ਸੋਹਣਾ ਤਿਆਰ ਕੀਤਾ ਸਾਨੂੰ ਭਾਜੀ ਤੁਸੀਂ ਤੇ ਰਿਵਿਊ ਦੱਸੋ ਤੋ ਬਹੁਤ ਲੇਟ ਤਿਆਰ ਕੀਤਾ ਐਵੇਂ ਤੁਸੀਂ ਲੇਟ ਹੋਏ ਹੋ ਅਸੀਂ ਤਿਆਰ ਕਰਤਾ ਸੀ 12 ਵਜੇ ਆ ਦੇ 12 ਵਜੇ ਤੇ ਪੈਸੇ ਲੈਣੇ ਹੋਣੇ ਉੱਥੇ 6 ਵਜੇ ਨਹੀਂ ਦੀਦੀ ਇਦਾਂ ਨਹੀਂ ਮੈਂ ਦੋਵੇਂ ਲੈ ਕੇ ਗਈਆਂ
पसंद आया चलो कल फिर करांगे चलो जाओ हुण व्याह पकौड़े खत्म हो जाने छेती चल जाओ छेती पापा करता डन इलू हुणे मैनू लैके चला क्योंकि अहीं वी हुण कुड़ियां ने तैयार होना वा छेती छेती ते चलिए दस्यो किवें लगा मेकअप इलू मैं सवेरे दा मुंह धोता होगा नहीं मैं धोता मैं ब्रश करके मैनू ब्रश तो बिना चैन नहीं होंदा जिहड़ा कराना ते चलो हुण आपां चलने आ प्रीति वल क्योंकि लाभ भी चल गई हुण जल्दी जल्दी जाके तैयार होईए ते दस्यो व्याह नहीं जाना अज अज सगन ते चलो चलिए इधर जाओ कहते बाद च इधर लाभ अपना मूंह रंगन डी तैयार मतलब सूट इन्हें बाद च पाना चलो जल्दी जल्दी सारे प्रीति तैयार होगी प्रीति दिखा अपने आप को सो ब्यूटीफुल सो एलिगेंट चलो जल्दी जल्दी चलो 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 और इलू छेती गया जल्दी समान समेटो तो चलो चलिए सारे तैयार करने तो बाद मैं आप भी खुद तैयार होगी तो हूँ सारे निकल गए हौली हौली आप भी सारे जो चलीए मैरिज से दसो कि लगनी मैं तुम्हें पता मैं दसा किन्ने मिनट तैयार हुई थी खुद वेखे ना उन्हें मेरा हाल की ही पहला तो उस तो बाद मेरा हाल आ वा तो हम छे छेती चलीए तो पाँच मिनट वाला मेकअप दसो कि लगा तो चलो छे छेती चलीए इधर चैनल पर बने रहो तो चलो नेक चलीए मेरे वाल भी आवे लो गिले रहे क्योंकि उदो मेरे वालों ने बहुत ज़्यादा ऑयल लग्या होया ही तो हूँ प्रीति होनी भी आ गई हाँ चलो व्याह तो चलीए ला लो टी शर्ट ना मेकअप चलो छेती चलो छेती चलो 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 ਰਾਤੇ ਤੇ ਨਾਲ ਹੀ ਮੇਰਾ ਪਾਰਸਲ ਆ ਗਿਆ ਵਿੱਚ ਪਾਰਸਲ ਵੀ ਓਪਨ ਕਰੀਏ ਓਹੋ ਬਣਾਵਾ ਤੁਹਾਨੂੰ ਮੋਰ ਮੈਂ ਵੀ ਖੋਲ ਕੇ ਦੇਣੀ ਪਾਰਸਲ ਹਾਂਜੀ ਫਿਰ ਪਾਰਸਲ ਆ ਗਿਆ ਇੱਕ ਤੀ ਤੇ ਮੇਰੇ ਪਾਰਸਲ ਤੋਂ ਵੈਸੇ ਬੜੇ ਦੁਖੀ ਹੋਏ ਜੇ ਹਨਾ ਯਾਰ ਮੇਰਾ ਵੀ ਅੱਜ ਇੱਕ ਪਾਰਸਲ ਆਉਣਾ ਦਾ ਆਪਾਂ ਚੱਲ ਜੀਏ ਇਸ ਤੋਂ ਪਹਿਲਾਂ ਆ ਜੇ ਹਾਂ ਬਿੰਬਾ ਤੇ ਕੋਈ ਲੈਣ ਵਾਲਾ ਵੀ ਨਹੀਂ ਹੈਗਾ ਇੱਥੇ ਤੇ ਹੈ पहुंच गए हैं ब्याह ते सारे बाकी अड़ा फैमिली मेंबर ही ते इलू ने के बड़े हाथ आए पाए मतलब पहले से मैं डैडी ने वो दसा उधर ने दसा ते चलो चलिए हुण अंदर आपा चल आ आजा खाइए पीए अजे दो ब्याह इधर जाके फिर उधर भी जाना अद्धी सारी फैमिली इधर अद्धी फैमिली साड़ी उधर बड़ा औखा होया पिया जाना बना एडजस्ट करने बहुत औखे आ सॉरी तीन नहीं भैया दो नहीं तीन नहीं की करिए ब्याहों का की करिए कुछ नहीं करना अपन सिर्फ आके ते खाना है चलो गाइस चलिए अब सब खान होने है सगनी देके आना मोटा मोटा कोई नहीं मम्मी का काम नहीं है चलो अपना काम तो मेरी चाइल्डहुड फ्रेंड मिल गई स्कूल फ्रेंड सारियां ब्याहियां गईयां मेरा भी हो जाना नेक्स्ट बारी है दी सारी हो गया नेक्स्ट बारी और सोने एकदा करेंगे ना चलो ए जाया नहीं गया पर कोई गल नी हूं मिल गई चले खाइए पीए पकौड़े ने मत जाइए घट कलियां दोवे लगिया मैं उधर चल के गई हां चलो मेरे लिए भी पवाओ चलो दो मुबारक हो आजो लाभ कि खा दे चल पहला व्लॉग च ले लिया तुम मैडम तानू पता अजकल प्रीति बड़ी फेमस हुई आ प्रीति प्रीति दे चर्चे प्रीति फेमस हुई आ हमनू के देखे कहंदी हाय गुलाब जा हमनू कहंदी क्या ए ते हाय निकली सारे नु पता ही गुलाब जा मन्नू पसंद आ मन्नू भी पसंद आ मन्नू भी आ पर
ਵਿਚਾਰੇ ਨੂੰ ਹੀ ਹਲਕਾ ਦਿੰਦੀ ਅਸ਼ ਅਸ਼ ਚਲੋ ਹਾਂ ਜਾ ਜਾ ਇਹ ਤੂੰ ਹੀ ਹੋ ਓ ਜਸ਼ਨ ਕਿੱਥੇ ਆ ਗਈ ਤੇ ਲਾਗ ਲਾ ਕੇ झूठ बोलन कड ला प्रिला बाहर कड ओनू।